ਜ਼ੋਮੈਟੋ ਤੋਂ ਆਰਡਰ ਕੀਤੇ ਕੜਾਹੀ ਪਨੀਰ ਚੋਂ ਨਿਕਲੇ ਦੋ ਦੰਦ। ਖਾਂਦੇ ਸਮੇਂ ਇੱਕ ਦੰਦ ਬੱਚਾ ਨਿਕਲ ਗਿਆ ਰੋਟੀ ਨਾਲ, ਦੂਸਰੇ ਦੰਦ ਦੀ ਫਿਰ ਪਰਿਵਾਰ ਨੇ ਬਣਾ ਲਈ ਵੀਡੀਓ। ਆਰਡਰ ਕੀਤਾ ਗਿਆ ਸੀ ਤਾਂ ਜਦ ਇਹ ਘਰ ਆਉਂਦਾ ਹੈ ਤਾਂ ਘਰ ਦੇ ਵਿੱਚ ਬੱਚੇ ਦੇ ਵੱਲੋਂ ਇਸ ਨੂੰ ਖਾਧਾ ਗਿਆ, ਪਰ ਇਸ ਦੇ ਵਿੱਚੋਂ ਦੋ ਦੰਦ ਨਿਕਲਦੇ ਨੇ, ਜਿਸ ਦੇ ਵਿੱਚੋਂ ਇੱਕ ਬੱਚਾ ਰੋਟੀ ਦੇ ਨਾਲ ਖਾ ਜਾਂਦਾ, ਜਿਸ ਤੋਂ ਬਾਅਦ ਉਸਦੀ ਤਬੀਅਤ ਵਿਗੜਦੀ ਹੈ ਤੇ ਫਿਰ ਉਸ ਨੂੰ ਹਸਪਤਾਲ ਲਿਜਾਣਾ ਪੈਂਦਾ। ਤਾਂ ਜਦ ਪਰਿਵਾਰ ਦੇ ਵੱਲੋਂ ਵੇਖਿਆ ਜਾਂਦਾ ਹੈ ਤਾਂ ਉਸਦੇ ਵਿੱਚ ਇੱਕ ਹੋਰ ਦੰਦ ਹੁੰਦਾ ਹੈ, ਜਿਸ ਦੀ ਕਿ ਪਰਿਵਾਰ ਦੇ ਵੱਲੋਂ ਵੀਡੀਓ ਵੀ ਬਣਾ ਲਈ ਗਈ, ਜੋ ਕਿ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਇਹ ਤੁਰੰਤ ਰੈਸਟੋਰੈਂਟ ਜਾਂਦੇ ਨੇ ਜਿੱਥੇ ਕਿ ਇਹਨਾਂ ਦੇ ਵੱਲੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ। ਤਾਂ ਇਹਨਾਂ ਦੱਸਿਆ ਕਿ ਪਹਿਲਾਂ ਤਾਂ ਰੈਸਟੋਰੈਂਟ ਵਾਲਿਆਂ ਵੱਲੋਂ ਇਸ ਗੱਲ ਤੋਂ ਇਨਕਾਰ ਕੀਤਾ ਗਿਆ, ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ। ਤਾਂ ਦੱਸ ਦਈਏ ਕਿ ਇਹ ਪੂਰਾ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ, ਜਿਸ ਤੇ ਰੈਸਟੋਰੈਂਟ ਦਾ ਵੀ ਬਿਆਨ ਸਾਹਮਣੇ ਆਇਆ। ਤਾਂ ਉਹਨਾਂ ਦੱਸਿਆ ਕਿ ਇਹ ਸੋਚਣ ਵਾਲੀ ਗੱਲ ਹੈ ਕਿ ਪਨੀਰ ਦੀ ਸਬਜ਼ੀ ਦੇ ਵਿੱਚ ਦੰਦ ਕਿਵੇਂ ਆ ਸਕਦਾ ਹੈ। ਤਾਂ ਅਸੀਂ ਆਪਣੇ ਕਸਟਮਰ ਤੋਂ ਇਹ ਦੰਦ ਵੀ ਮੰਗਿਆ ਤਾਂ ਕਿ ਇਸ ਦੀ ਫੋਰੈਂਸਿਕ ਜਾਂਚ ਹੋ ਸਕੇ। ਤਾਂ ਰੈਸਟੋਰੈਂਟ ਦੇ ਵੱਲੋਂ ਵੀ ਇਸ ਦੀ ਜਾਂਚ ਦੇ ਵਿੱਚ ਸਹਿਯੋਗ ਦਿੱਤਾ ਜਾ ਰਿਹਾ। ਤਾਂ ਉਹਨਾਂ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਤਾਂ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਡੇ ਵੱਲੋਂ ਅਜਿਹੀ ਕੋਈ ਵੀ ਕੁਤਾਹੀ ਨਹੀਂ ਵਰਤੀ ਗਈ। ਤਾਂ ਪਰਿਵਾਰ ਦੇ ਵੱਲੋਂ ਇਸ ਸੰਬੰਧੀ ਰੈਸਟੋਰੈਂਟ ਤੇ ਇਹ ਇਲਜ਼ਾਮ ਲਗਾਏ ਗਏ ਨੇ। ਤਾਂ ਦੱਸ ਦਈਏ ਕਿ ਇਸ ਪਰਿਵਾਰ ਦੇ ਵੱਲੋਂ ਜ਼ੋਮੈਟੋ ਤੋਂ ਇਹ ਆਰਡਰ ਕੀਤਾ ਸੀ, ਜਿਸ ਸੰਬੰਧੀ ਇਹ ਪੂਰਾ ਮਾਮਲਾ ਹੁਣ ਸਾਹਮਣੇ ਆਇਆ। ਤਾਂ ਪੁਲਿਸ ਦੇ ਵੱਲੋਂ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਜ਼ੋਮੈਟੋ ਤੋਂ ਆਰਡਰ ਕੀਤੇ ਕੜਾਹੀ ਪਨੀਰ ਚੋਂ ਨਿਕਲੇ ਦੋ ਦੰਦ। ਖਾਂਦੇ ਸਮੇਂ ਇੱਕ ਦੰਦ ਬੱਚਾ ਨਿਕਲ ਗਿਆ ਰੋਟੀ ਨਾਲ, ਦੂਸਰੇ ਦੰਦ ਦੀ ਫਿਰ ਪਰਿਵਾਰ ਨੇ ਬਣਾ ਲਈ ਵੀਡੀਓ। ਆਰਡਰ ਕੀਤਾ ਗਿਆ ਸੀ ਤਾਂ ਜਦ ਇਹ ਘਰ ਆਉਂਦਾ ਹੈ ਤਾਂ ਘਰ ਦੇ ਵਿੱਚ ਬੱਚੇ ਦੇ ਵੱਲੋਂ ਇਸ ਨੂੰ ਖਾਧਾ ਗਿਆ, ਪਰ ਇਸ ਦੇ ਵਿੱਚੋਂ ਦੋ ਦੰਦ ਨਿਕਲਦੇ ਨੇ, ਜਿਸ ਦੇ ਵਿੱਚੋਂ ਇੱਕ ਬੱਚਾ ਰੋਟੀ ਦੇ ਨਾਲ ਖਾ ਜਾਂਦਾ, ਜਿਸ ਤੋਂ ਬਾਅਦ ਉਸਦੀ ਤਬੀਅਤ ਵਿਗੜਦੀ ਹੈ ਤੇ ਫਿਰ ਉਸ ਨੂੰ ਹਸਪਤਾਲ ਲਿਜਾਣਾ ਪੈਂਦਾ। ਤਾਂ ਜਦ ਪਰਿਵਾਰ ਦੇ ਵੱਲੋਂ ਵੇਖਿਆ ਜਾਂਦਾ ਹੈ ਤਾਂ ਉਸਦੇ ਵਿੱਚ ਇੱਕ ਹੋਰ ਦੰਦ ਹੁੰਦਾ ਹੈ, ਜਿਸ ਦੀ ਕਿ ਪਰਿਵਾਰ ਦੇ ਵੱਲੋਂ ਵੀਡੀਓ ਵੀ ਬਣਾ ਲਈ ਗਈ, ਜੋ ਕਿ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਇਹ ਤੁਰੰਤ ਰੈਸਟੋਰੈਂਟ ਜਾਂਦੇ ਨੇ ਜਿੱਥੇ ਕਿ ਇਹਨਾਂ ਦੇ ਵੱਲੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ। ਤਾਂ ਇਹਨਾਂ ਦੱਸਿਆ ਕਿ ਪਹਿਲਾਂ ਤਾਂ ਰੈਸਟੋਰੈਂਟ ਵਾਲਿਆਂ ਵੱਲੋਂ ਇਸ ਗੱਲ ਤੋਂ ਇਨਕਾਰ ਕੀਤਾ ਗਿਆ, ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ। ਤਾਂ ਦੱਸ ਦਈਏ ਕਿ ਇਹ ਪੂਰਾ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ, ਜਿਸ ਤੇ ਰੈਸਟੋਰੈਂਟ ਦਾ ਵੀ ਬਿਆਨ ਸਾਹਮਣੇ ਆਇਆ। ਤਾਂ ਉਹਨਾਂ ਦੱਸਿਆ ਕਿ ਇਹ ਸੋਚਣ ਵਾਲੀ ਗੱਲ ਹੈ ਕਿ ਪਨੀਰ ਦੀ ਸਬਜ਼ੀ ਦੇ ਵਿੱਚ ਦੰਦ ਕਿਵੇਂ ਆ ਸਕਦਾ ਹੈ। ਤਾਂ ਅਸੀਂ ਆਪਣੇ ਕਸਟਮਰ ਤੋਂ ਇਹ ਦੰਦ ਵੀ ਮੰਗਿਆ ਤਾਂ ਕਿ ਇਸ ਦੀ ਫੋਰੈਂਸਿਕ ਜਾਂਚ ਹੋ ਸਕੇ। ਤਾਂ ਰੈਸਟੋਰੈਂਟ ਦੇ ਵੱਲੋਂ ਵੀ ਇਸ ਦੀ ਜਾਂਚ ਦੇ ਵਿੱਚ ਸਹਿਯੋਗ ਦਿੱਤਾ ਜਾ ਰਿਹਾ। ਤਾਂ ਉਹਨਾਂ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਤਾਂ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਡੇ ਵੱਲੋਂ ਅਜਿਹੀ ਕੋਈ ਵੀ ਕੁਤਾਹੀ ਨਹੀਂ ਵਰਤੀ ਗਈ। ਤਾਂ ਪਰਿਵਾਰ ਦੇ ਵੱਲੋਂ ਇਸ ਸੰਬੰਧੀ ਰੈਸਟੋਰੈਂਟ ਤੇ ਇਹ ਇਲਜ਼ਾਮ ਲਗਾਏ ਗਏ ਨੇ। ਤਾਂ ਦੱਸ ਦਈਏ ਕਿ ਇਸ ਪਰਿਵਾਰ ਦੇ ਵੱਲੋਂ ਜ਼ੋਮੈਟੋ ਤੋਂ ਇਹ ਆਰਡਰ ਕੀਤਾ ਸੀ, ਜਿਸ ਸੰਬੰਧੀ ਇਹ ਪੂਰਾ ਮਾਮਲਾ ਹੁਣ ਸਾਹਮਣੇ ਆਇਆ। ਤਾਂ ਪੁਲਿਸ ਦੇ ਵੱਲੋਂ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।